15 ਸਤੰਬਰ ਨੂੰ ਬੁੱਢੇ ਦਰਿਆ ਦੇ ਵਿੱਚ ਬੰਨ ਮਾਰਾਂਗੇ ਜਮਾਂ ਲੁਧਿਆਣੇ ਦੀ ਚੜ੍ਹ 'ਚ। ਪੰਜਾਬ ਦੇ ਲੋਕੋ, ਜਿਹੜਾ ਤੁਸੀਂ ਮੁੱਖ ਮੰਤਰੀ ਬਣਾਇਆ ਹੈ ਉਹਦਾ ਦੋਗਲਾ ਚਿਹਰਾ ਬਿਲਕੁਲ ਹੀ ਸਾਹਮਣੇ ਆ ਚੁੱਕਿਆ। ਪੰਜਾਬ ਦੇ ਲੋਕੋ, ਅੱਜ ਤੁਹਾਡੇ ਲਈ ਜਿਹੜੇ ਕਾਲੇ ਪਾਣੀਆਂ ਨਾਲ ਕੈਂਸਰ ਹੋ ਰਿਹਾ ਉਹਦੇ ਸਵਾਲ ਜਵਾਬ ਕਰਨ ਦੇ ਲਈ ਲੱਖਾ ਸਧਾਣਾ ਵਿਧਾਨ ਸਭਾ ਦੇ ਬਾਹਰ ਗਿਆ ਸੀ ਤੇ ਪ੍ਰਸ਼ਾਸਨ ਨੇ ਗ੍ਰਿਫਤਾਰ ਕਰ ਲਿਆ। ਮੈਂ ਪੁੱਛਣਾ ਚਾਹੁੰਦਾ ਭਗਤ ਸਿੰਘ ਮਾਨ ਨੂੰ ਕਿ ਤੂੰ ਤਾਂ ਕਹਿੰਦਾ ਸੀ ਮੈਂ ਆਮ ਮੁੱਖ ਮੰਤਰੀਆਂ ਸੱਥਾਂ 'ਚ ਸਰਕਾਰ ਚਲਾਵਾਂਗੇ, ਲੱਖਾਂ ਦਾ ਤੇਰੇ ਕੋਲ ਵਿਧਾਨ ਸਭਾ 'ਚ ਆ ਗਿਆ, ਚੱਲ ਕੇ ਵਿਧਾਨ ਸਭਾ 'ਚ ਜਵਾਬ ਦੇ ਦੇ, ਸੱਥਾਂ ਦੀ ਗੱਲ ਤਾਂ ਦੂਰ ਹੈ। ਜੇ ਜ਼ੁਰਤ ਰੱਖਦਾ, ਜੇ ਕੀਤਾ ਪੰਜਾਬ ਲਈ ਕੁਛ ਤਾਂ ਦੱਸ ਵੀ ਮੈਂ ਪੰਜਾਬ ਲਈ ਆਹ ਕੀਤਾ। ਕਦੇ ਕਾਂਗਰਸ ਹੀ ਚੱਕ ਲਏ, ਕਦੇ ਕੋਈ ਚੱਕ ਲਿਆ, ਯਾਰ ਕਮਾਲ ਦੀ ਗੱਲ ਹੈ। ਤੈਨੂੰ ਕੰਮ ਕਰਨ ਲਈ ਬਣਾਇਆ, ਤੂੰ ਦੱਸ ਵੀ 3 ਸਾਲਾਂ ਦੇ ਵਿੱਚ ਤੂੰ ਕੀ ਕੀਤਾ? ਉਹ ਤਾਂ 70 ਸਾਲਾਂ ਦੇ ਵਿੱਚ ਪੰਜਾਬ ਬਰਬਾਦ ਕਰ ਗਏ, ਲੁੱਟ ਗਏ, ਚਿੱਟਾ ਦੇ ਗਏ, ਚੋਰੀਆਂ, ਡਕੈਤ, ਸਭ ਕੁਛ ਕਾਲੇ ਪਾਣੀ ਹੋ ਗਏ, ਕੈਂਸਰ ਹੋ ਗਿਆ। ਓਏ ਤੂੰ ਕਿੰਨਾ ਕੁ ਪੰਜਾਬ ਬਚਾ ਲਿਆ 3 ਸਾਲਾਂ ਦੇ ਵਿੱਚ ਭਗਤ ਸਿੰਘ, ਇਹ ਦੱਸ। ਤੂੰ ਪਹਿਲਾਂ ਉਸੇ ਨਾਲੇ ਤੇ, ਬੁੱਢੇ ਦਰਿਆ ਤੇ, ਬੁੱਢੇ ਨਾਲੇ ਤੇ ਜਾ ਕੇ ਵੀਡੀਓ ਪਾਉਂਦਾ ਰਿਹਾ, ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ, ਪਿੰਡਾਂ 'ਚ ਜਾਂਦਾ ਰਿਹਾ। ਇੱਥੇ ਜੀ ਜਵਾਕ ਅਪਾਹਜ ਪੈਦਾ ਹੋ ਗਏ, ਜਿਹਨਾਂ ਨੂੰ ਕੈਂਸਰ ਹੋ ਗਿਆ ਜੀ, ਇਹਨਾਂ ਨੂੰ ਕਾਲੇ ਪੀਲੇ ਹੋ ਗਏ ਜੀ, ਸਰਕਾਰ ਧਿਆਨ ਨਹੀਂ ਦਿੰਦੀ, ਫੈਕਟਰੀਆਂ ਚੜਾਵੇ ਚੜਾ ਦਿੰਦੀਆਂ ਨੇ, ਇਹ ਵਿਕ ਜਾਂਦੇ ਆ। ਉਹ ਵੱਡਿਆ ਇਨਕਲਾਬੀ ਆ, ਹੁਣ ਤੂੰ ਦੱਸ ਤੂੰ ਕਿੰਨਿਆਂ 'ਚ ਵਿਕਦਾ, ਤੈਨੂੰ ਕਿੰਨੇ ਚੜਾਵੇ ਚੜਦੇ ਆ ਇਹਨਾਂ ਦੇ ਫੈਕਟਰੀਆਂ ਦੇ? ਤੂੰ ਕਿਉਂ ਨਹੀਂ ਹੱਲ ਕੱਢ ਰਿਹਾ? ਤੂੰ ਕਿਉਂ ਗ੍ਰਿਫਤਾਰੀਆਂ ਕਰਦਾ ਜਿਹੜੇ ਪੰਜਾਬ ਲਈ ਬੋਲਦੇ ਆ, ਜਿਹੜਾ ਕੈਂਸਰ ਦੇ ਰਿਹਾ ਸਾਡੇ ਅੱਧੇ ਪੰਜਾਬ ਨੂੰ? ਕਾਲੇ ਪੀਲੀਏ ਹੋ ਗਏ, ਬੱਚੇ ਅਪਾਹਜ ਪੈਦਾ ਹੋ ਗਏ। ਕੱਲ ਵਿਧਾਨ ਸਭਾ ਦੇ ਵਿੱਚ ਤੂੰ ਖੁਦ ਮੰਨਿਆ, ਤੇਰੀ ਸਪੀਚ ਚੱਲ ਰਹੀ ਹੈ, ਕਿਉਂਕਿ ਜਿਹੜੇ ਤੇਰੇ ਨਾ ਭੇਡਾਂ ਨੇ ਜਿਹੜੀਆਂ ਉਹ ਖੁਸ਼ ਹੋ ਜਾਣਗੀਆਂ। ਲੈ ਭਗਵੰਤ ਮਾਨ ਨੇ ਜੀ ਕਹਿ ਤਾ, ਇਹ ਤਾਂ ਹੱਲ ਹੋ ਜੂਗਾ, ਇਹ ਇਕੱਲਾ ਕਹਿਣ ਜੋਗੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਲੋਕੋ, ਜਿਹੜਾ ਤੁਸੀਂ ਮੁੱਖ ਮੰਤਰੀ ਬਣਾਇਆ ਹੈ ਉਹਦਾ ਦੋਗਲਾ ਚਿਹਰਾ ਬਿਲਕੁਲ ਹੀ ਸਾਹਮਣੇ ਆ ਚੁੱਕਿਆ। ਉਹ ਸਿਰਫ ਬਿਆਨਬਾਜ਼ੀ ਦੇ ਸਕਦਾ, ਉਹ ਸਿਰਫ ਚੁਟਕਲੇ ਸੁਣਾ ਸਕਦਾ, ਇਹ ਬਿਲਕੁਲ ਸਿੱਧ ਹੋ ਗਿਆ। ਸਾਨੂੰ ਤਾਂ ਪਤਾ ਲੱਗ ਗਿਆ ਕਿ ਯਾਰ ਬੰਦੇ ਕੋਲੇ ਐ ਲਾ ਲਓ ਵੀ ਦਿਮਾਗ ਹੈ, ਦਿਮਾਗ ਦੇ ਵਿੱਚੋਂ ਬਸ ਚੁਟਕਲੇ ਘੜ ਲੈਂਦਾ ਤੇ ਸਾਹਮਣੇ ਬੈਠੇ ਲੋਕ ਤਾੜੀਆਂ ਮਾਰਦੇ ਆ ਤੇ ਇਹਦਾ ਕੰਮ ਚੱਲੀ ਜਾਂਦਾ। ਪਰ ਪੰਜਾਬ ਦੇ ਲੋਕੋ, ਤੁਸੀਂ ਕਦੋਂ ਸਮਝੋਗੇ? ਪੰਜਾਬ ਦੇ ਲੋਕੋ, ਅੱਜ ਤੁਹਾਡੇ ਲਈ ਜਿਹੜੇ ਕਾਲੇ ਪਾਣੀਆਂ ਨਾਲ ਕੈਂਸਰ ਹੋ ਰਿਹਾ ਉਹਦੇ ਸਵਾਲ ਜਵਾਬ ਕਰਨ ਦੇ ਲਈ ਲੱਖਾ ਸਧਾਣਾ ਵਿਧਾਨ ਸਭਾ ਦੇ ਬਾਹਰ ਗਿਆ ਸੀ ਤੇ ਪ੍ਰਸ਼ਾਸਨ ਨੇ ਗ੍ਰਿਫਤਾਰ ਕਰ ਲਿਆ। ਪਤਾ ਹੀ ਹੁੰਦਾ ਹੈ ਕਿ ਲੱਖੇ ਤੋਂ ਇਹ ਭੱਜਦੇ, ਉਹਦੇ ਸਵਾਲਾਂ ਦੇ ਜਵਾਬ ਇਹਨਾਂ ਕੋਲੋਂ ਦੇ ਨਹੀਂ ਹੁੰਦੇ ਤੇ ਪਹਿਲਾਂ ਹੀ ਕਹਿ ਕੇ ਇਹ ਪ੍ਰਸ਼ਾਸਨ ਤੋਂ ਗ੍ਰਿਫਤਾਰ ਕਰਾ ਲੈਂਦੇ ਆ ਤੇ ਸ਼ਾਮ ਨੂੰ ਛੱਡ ਦਿੰਦੇ ਆ। ਮੈਂ ਪੁੱਛਣਾ ਚਾਹੁੰਦਾ ਭਗਤ ਸਿੰਘ ਮਾਨ ਨੂੰ ਕਿ ਤੂੰ ਤਾਂ ਕਹਿੰਦਾ ਸੀ ਮੈਂ ਆਮ ਮੁੱਖ ਮੰਤਰੀਆਂ ਸੱਥਾਂ 'ਚੋਂ ਸਰਕਾਰ ਚਲਾਵਾਂਗੇ, ਲੱਖਾਂ ਦਾ ਤੇਰੇ ਕੋਲ ਵਿਧਾਨ ਸਭਾ 'ਚ ਹੀ ਆ ਗਿਆ, ਚੱਲ ਕੇ ਵਿਧਾਨ ਸਭਾ 'ਚ ਜਵਾਬ ਦੇ ਦੇ, ਸੱਥਾਂ ਦੀ ਗੱਲ ਤਾਂ ਦੂਰ ਹੈ। ਸੱਥਾਂ 'ਚ ਜਦੋਂ ਤੂੰ ਆਏਗਾ ਦੇਖੀ ਜਾਊਗੀ, ਵੋਟਾਂ ਵੇਲੇ ਆਏਗਾ, ਡਰਾਮੇ ਕਰੇਗਾ, ਤਾਸ਼ ਵੀ ਖੇਡੇਗਾ, ਸਭ ਕੁਛ ਕਰੇਗਾ ਉਹ। ਪਰ ਜਿਹੜੇ ਲੋਕ ਤੈਨੂੰ ਸਵਾਲ ਪੁੱਛਣ ਦੇ ਲਈ ਵਿਧਾਨ ਸਭਾ ਮੂਹਰੇ ਆ ਗਏ, ਉਹਨਾਂ ਨੂੰ ਕਿਉਂ ਗ੍ਰਿਫਤਾਰ ਕਰਾਉਣਾ? ਖੜ ਕੇ ਸਵਾਲਾਂ ਦੇ ਜਵਾਬ ਦੇ, ਜੇ ਹਿੰਮਤ ਹੈ, ਜੇ ਜ਼ੁਰਤ ਰੱਖਦਾ, ਜੇ ਕੀਤਾ ਪੰਜਾਬ ਲਈ ਕੁਛ ਤਾਂ ਦੱਸ ਵੀ ਮੈਂ ਪੰਜਾਬ ਲਈ ਆਹ ਕੀਤਾ। ਆਹ ਵਿਰੋਧ ਦਾ ਕੀ ਹੈ? ਕਦੇ ਸੁਖਬੀਰ ਬਾਦਲ ਚੱਕ ਲਿਆ, ਕਦੇ ਬਾਦਲ ਚੱਕ ਲਿਆ, ਵੱਡਾ ਪੁਰਾਣਾ ਉੱਪਰ ਬੈਠਾ ਵੀ ਨਹੀਂ ਛੱਡਦਾ ਉਹਨੂੰ, ਕਦੇ ਕਾਂਗਰਸ ਹੀ ਚੱਕ ਲਏ, ਕਦੇ ਕੋਈ ਚੱਕ ਲਿਆ, ਯਾਰ ਕਮਾਲ ਦੀ ਗੱਲ ਹੈ। ਤੈਨੂੰ ਕੰਮ ਕਰਨ ਲਈ ਬਣਾਇਆ, ਤੂੰ ਦੱਸ ਵੀ 3 ਸਾਲਾਂ ਦੇ ਵਿੱਚ ਤੂੰ ਕੀ ਕੀਤਾ?
ਉਹ ਤਾਂ 70 ਸਾਲਾਂ ਦੇ ਵਿੱਚ ਪੰਜਾਬ ਬਰਬਾਦ ਕਰ ਗਏ, ਲੁੱਟ ਗਏ, ਚਿੱਟਾ ਦੇ ਗਏ, ਚੋਰੀਆਂ, ਡਕੈਤ, ਸਭ ਕੁਛ ਕਾਲੇ ਪਾਣੀ ਹੋ ਗਏ, ਕੈਂਸਰ ਹੋ ਗਿਆ। ਓਏ ਤੂੰ ਕਿੰਨਾ ਕੁ ਪੰਜਾਬ ਬਚਾ ਲਿਆ 3 ਸਾਲਾਂ ਦੇ ਵਿੱਚ ਭਵੰਤ ਸਿੰਘ? ਇਹ ਦੱਸ, ਇਹ ਦੱਸ ਤੂੰ ਕੀ ਕੀਤਾ? ਮੈਂ ਦਾਦਨਾ ਤੇਰੀਆਂ ਪ੍ਰਾਪਤੀਆਂ, ਤੂੰ ਪਹਿਲਾਂ ਉਸੇ ਨਾਲੇ ਤੇ, ਬੁੱਢੇ ਦਰਿਆ ਤੇ, ਬੁੱਢੇ ਨਾਲੇ ਤੇ ਜਾ ਕੇ ਵੀਡੀਓ ਪਾਉਂਦਾ ਰਿਹਾ, ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ, ਪਿੰਡਾਂ 'ਚ ਜਾਂਦਾ ਰਿਹਾ। ਇੱਥੇ ਜੀ ਜਵਾਕ ਅਪਾਹਜ ਪੈਦਾ ਹੋ ਗਏ ਜੀ, ਇਹਨਾਂ ਨੂੰ ਕੈਂਸਰ ਹੋ ਗਿਆ ਜੀ, ਇਹਨਾਂ ਨੂੰ ਕਾਲੇ ਪੀਲੇ ਹੋ ਗਏ ਜੀ, ਸਰਕਾਰ ਧਿਆਨ ਨਹੀਂ ਦਿੰਦੀ, ਫੈਕਟਰੀਆਂ ਚੜਾਵੇ ਚੜਾ ਦਿੰਦੀਆਂ ਨੇ, ਇਹ ਵਿਕ ਜਾਂਦੇ ਆ। ਉਹ ਵੱਡਿਆ ਇਨਕਲਾਬੀ ਆ, ਹੁਣ ਤੂੰ ਦੱਸ ਤੂੰ ਕਿੰਨਿਆਂ 'ਚ ਵਿਕਦਾ, ਤੈਨੂੰ ਕਿੰਨੇ ਚੜਾਵੇ ਚੜਦੇ ਆ ਇਹਨਾਂ ਦੇ ਫੈਕਟਰੀਆਂ ਦੇ? ਤੂੰ ਕਿਉਂ ਨੀ ਹੱਲ ਕੱਢ ਰਿਹਾ? ਤੂੰ ਕਿਉਂ ਗ੍ਰਿਫਤਾਰੀਆਂ ਕਰਦਾ ਜਿਹੜੇ ਪੰਜਾਬ ਲਈ ਬੋਲਦੇ ਆ? ਤੂੰ ਕਦੇ NSA ਲਾ ਕੇ ਸਾਡੇ ਮੁੰਡਿਆਂ ਨੂੰ ਡਿਬਰੂਗੜ੍ਹ ਸਿੱਟ ਦਿੰਦਾ? ਤੂੰ ਕਦੇ ਲੱਖੇ ਵਰਗਿਆਂ ਤੇ ਪਰਚੇ ਪਾ ਦਿੰਦਾ? ਕਦੇ ਭਾਨੇ ਵਰਗੇ ਨੂੰ ਅੰਦਰ ਕਰ ਦਿੰਦਾ? ਕਦੇ ਕਿਸੇ ਤੇ ਪਰਚਾ, ਝੋਟੇ ਵਰਗੇ ਤੇ ਪਰਚੇ ਪਾ ਦਿੰਦਾ? ਓਏ ਤੂੰ ਦੱਸ ਵੱਡੇ ਇਨਕਲਾਬੀ ਆ, ਤੂੰ ਪੰਜਾਬ ਲਈ ਕੀ ਕਰ ਰਿਹਾ? ਜਿਹੜਿਆਂ ਨੂੰ ਕਹਿੰਦਾ ਸੀ ਇਹ ਲੁੱਟ ਕੇ ਖਾ ਗਏ ਪੱਟ ਤੇ, ਓਏ ਅੱਜ ਤੂੰ ਦੱਸ? ਉਹੀ ਬੁੱਢਾ ਨਾਲਾ ਜਿਹੜਾ ਕੈਂਸਰ ਦੇ ਰਿਹਾ ਸਾਡੇ ਅੱਧੇ ਪੰਜਾਬ ਨੂੰ, ਕਾਲੇ ਪੀਲੀਏ ਹੋ ਗਏ, ਬੱਚੇ ਅਪਾਹਜ ਪੈਦਾ ਹੋ ਗਏ। ਕੱਲ ਵਿਧਾਨ ਸਭਾ ਦੇ ਵਿੱਚ ਤੂੰ ਖੁਦ ਮੰਨਿਆ, ਤੇਰੀ ਸਪੀਚ ਚੱਲ ਰਹੀ ਹੈ, ਕਿਉਂਕਿ ਜਿਹੜੇ ਤੇਰੇ ਨਾ ਭੇਡਾਂ ਨੇ ਜਿਹੜੀਆਂ ਉਹ ਖੁਸ਼ ਹੋ ਜਾਣਗੀਆਂ, ਲੈ ਭਗਵੰਤ ਮਾਨ ਨੇ ਜੀ ਕਹਿਤਾ, ਇਹ ਤਾਂ ਹੱਲ ਹੋ ਜੂਗਾ। ਇਹ ਇਕੱਲਾ ਕਹਿਣ ਜੋਗੀ ਹੈ, ਹੱਲ ਨੇ ਕੁਛ ਨੀ ਕਰਨਾ, ਡਰਾਮੇ ਕਰਨੇ ਇਕੱਲੇ। ਫਿਰ ਅੱਜ ਲੱਖਾ ਗਿਆ ਤੀ ਸਵਾਲ ਕਰਨਾ, ਸਾਹਮਣੇ ਖੜ ਕੇ ਸਵਾਲਾਂ ਦੇ ਜਵਾਬ ਦੇ, ਗ੍ਰਿਫਤਾਰੀਆਂ ਕਿਉਂ ਕਰਾਉਣਾ? ਪ੍ਰਸ਼ਾਸਨ ਨੂੰ ਕਿਉਂ ਵਰਤਦਾ? ਜੇ ਜੁਰਤ ਹੈ ਤਾਂ ਸਾਹਮਣੇ ਖੜ ਅੱਖਾਂ 'ਚ ਅੱਖਾਂ ਪਾ ਕੇ ਜਵਾਬ ਦੇ ਕਿ ਮੈਂ ਆਹ ਕੀਤਾ 3 ਸਾਲਾਂ 'ਚ, ਮੈਂ ਬੁੱਢੇ ਨਾਲੇ ਨੂੰ ਬੰਦ ਕਰਨ ਲੱਗਿਆ। ਦੱਸ ਕਹਿ ਲੋਕਾਂ ਨੂੰ, ਇਕੱਲੇ ਬਿਆਨਾਂ ਨਾਲ ਨੀ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਇਕੱਲੇ ਬਿਆਨਾਂ ਨਾਲ ਨੀ, ਬਿਆਨਾਂ ਨਾਲ ਤੇਰੀਆਂ ਭੇਡਾਂ ਖੁਸ਼ ਹੋ ਸਕਦੀਆਂ ਨੇ, ਪਰ ਪੰਜਾਬ ਨੀ ਬਚ ਸਕਦਾ, ਪੰਜਾਬ ਨੀ ਬਚ ਸਕਦਾ। ਪੰਜਾਬ ਤਾਂ ਬਚੂਗਾ ਜੇ ਕੁਛ ਕਰੇਗਾ, ਗਰਾਊਂਡ ਲੈਵਲ ਤੇ ਕਰੇਗਾ। ਆ ਗ੍ਰਿਫਤਾਰੀਆਂ ਨਾਲ ਨੀ, ਪਹਿਲਾਂ ਮੁੰਡੇ ਡਿਬਰੂਗੜ੍ਹ ਸਿੱਟਦੇ ਆ, ਤੇ ਹੁਣ ਤੂੰ ਉਹਨਾਂ ਦੀ NSA ਵਧਾਉਣ ਦੇ ਲਈ ਹਾਈ ਕੋਰਟ ਦੇ ਵਿੱਚ ਅਪੀਲਾਂ ਪਾਉਣਾ। ਪੰਜਾਬ ਸਰਕਾਰ ਕੀ ਕਹਿੰਦੀ ਹੈ ਕਿ ਇਹਦੇ ਜੀ ਵੱਖਵਾਦੀਆਂ ਨਾਲ ਸੰਬੰਧ ਹੈ? ਉਹ ਮੈਂ ਪੁੱਛਣਾ ਚਾਹੁੰਦਾ, ਨਲਾਇਕ ਬੰਦੇ ਹੋ, ਜੇ ਜੇਲ੍ਹਾਂ 'ਚੋਂ ਬੰਦਾ ਸੰਬੰਧ ਬਣਾਈ ਜਾਂਦਾ ਹੈ, ਫਿਰ ਤੁਹਾਡੇ ਜੇਲ੍ਹਾਂ ਦੇ ਪ੍ਰਬੰਧ ਕਿਹੋ ਜਿਹੇ ਹੋਣਗੇ? ਫਿਰ ਤਾਂ ਜੇਲ੍ਹਾਂ 'ਚ ਬੈਠਾ ਬੰਦਾ ਕੁਛ ਵੀ ਕਰੀ ਜਾਵੇ, ਜੇਲ੍ਹਾਂ 'ਚ ਬੈਠਾ ਪ੍ਰਬੰਧ ਵੀ ਸੰਬੰਧ ਵੀ ਬਣਾਈ ਜਾਵੇ, ਹੁਣ ਵੀ ਵੱਖਵਾਦੀਆਂ ਨਾਲ ਸੰਬੰਧ ਹੈ, ਹੁਣ ਤਾਂ ਜੇਲ੍ਹ 'ਚ ਆ ਤੁਹਾਡੇ ਕੋਲ 1.5 ਸਾਲ ਹੋ ਗਿਆ। ਭਗਵੰਤ ਸਿੰਘ ਬਿਆਨ ਤਾਂ ਸਹੀ ਦੇ ਲਿਆ ਕਰ, ਨਾ ਪੰਜਾਬ ਦੀ ਜਵਾਨੀ ਦਾ ਬੈਰੀ ਬਣ, ਉਹ ਨਾ ਗ੍ਰਿਫਤਾਰੀਆਂ ਕਰ। ਇਹ ਗੱਲਾਂ ਤੈਨੂੰ ਦੇਣੀਆਂ ਪੈਣਗੀਆਂ ਭਗਵੰਤ ਸਿੰਘ, ਇਹ ਗੱਲਾਂ ਤੈਨੂੰ ਦੇਣੀਆਂ ਪੈਣਗੀਆਂ। ਖੜ ਲੈ ਪੰਜਾਬ ਨਾਲ, ਹਜੇ ਵੀ ਟਾਈਮ ਹੈ, ਹਜੇ ਵੀ ਅੱਜ ਵੀ ਲੋਕ ਤੇਰੇ ਪਿੱਛੇ ਲੱਗ ਜਾਣਗੇ, ਨਹੀਂ ਤੇਰੇ ਹਾਲਾਤ ਦੇਖ ਲੈ, 3 ਆਈਆਂ ਨੇ 13 ਚੋਂ, ਲੋਕ ਜਾਗ ਚੁੱਕੇ, NSA ਦਾ ਫਰਕ ਪਿਆ ਹੈ। ਜੇ ਤੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਦੁਸ਼ਮਣ ਬਣਿਆ, ਸਿੱਖੀ ਦਾ ਵੈਰੀ ਬਣਿਆ, ਉਹਨੇ ਤੈਨੂੰ 13-0 ਤੋਂ 13-3 ਤੇ ਲਿਆਂਦਾ। ਤੂੰ ਕਹਿੰਦਾ ਸੀ 13-0 ਕਰ ਦਾਂਗੇ, 3 ਸਿੱਟੀਆਂ ਆਈਆਂ ਨੇ। ਹੁਣ ਪੰਜਾਬ ਦੇ ਲੋਕਾਂ, ਤੁਸੀਂ ਉਹ ਜਿਹੜਾ ਬੰਦਾ ਤੁਹਾਡੇ ਲਈ ਲੜ ਰਿਹਾ ਓਏ, ਦਿਨ ਰਾਤ ਇੱਕ ਕੀਤਾ ਹੋਇਆ, ਪਾਣੀਆਂ ਦੀ ਗੱਲ ਕਦੇ ਲੁਧਿਆਣੇ ਜਾ ਕੇ ਕਰਦਾ, ਕਦੇ ਫਰੀਦਕੋਟ, ਕਦੇ ਅਬੋਹਰ ਫਾਜ਼ਿਲਕਾ ਫਿਰਦਾ ਹੈ, ਜਿਹੜੇ ਬੰਦੇ ਨੇ ਆਪਦਾ ਪਰਿਵਾਰ ਤਿਆਗ ਰੱਖਿਆ, ਉਹ ਜਿਹੜਾ ਬੰਦਾ ਤੁਹਾਡੇ ਲਈ ਸਰਕਾਰਾਂ ਨਾਲ ਮੱਥੇ ਲਾਈ ਖੜਾ ਹੈ, ਜਿਹੜਾ ਬੰਦਾ ਅੱਜ ਫੇਰ ਤੁਹਾਡੇ ਲਈ ਗ੍ਰਿਫਤਾਰੀ ਹੋ ਗਈ, ਉਹ ਕੈਂਸਰ ਕੱਲਾ ਲੱਖੇ ਨੂੰ ਹੋਊਗਾ ਓਏ, ਕਾਲਾ ਪਾਣੀ ਕੱਲਾ ਲੱਖੇ ਦੇ ਘਰੇ ਵੜਦਾ ਜਾਂ ਪੂਰੇ ਪੰਜਾਬ 'ਚ ਜਾਂਦਾ? ਕਾਲੇ ਪਾਣੀ ਨਾਲ ਲੱਖੇ ਦੇ ਜਵਾਕ ਅਪਾਹਜ ਹੋਏ ਨੇ ਜਾਂ ਪੂਰੇ ਪੰਜਾਬ ਦੇ ਹੋਏ ਨੇ?
ਕਾਲੇ ਪਾਣੀ ਨਾਲ ਲੱਖੇ ਨੂੰ ਕਾਲਾ ਪੀਲਿਆ ਹੋਇਆ ਜਾਂ ਕੈਂਸਰ ਹੋਇਆ ਜਾਂ ਪੂਰੇ ਪੰਜਾਬ ਨੂੰ ਹੋਇਆ ਯਾਰ, ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ। ਓਏ ਪੰਜਾਬੀਓ, ਕਦੋਂ ਚੰਗੇ ਬੰਦਿਆਂ ਸਾਥ ਦਿਓਗੇ? ਬੁੱਟਰਾਂ ਮਗਰ ਲੱਗੇ ਫਿਰਦੇ ਹੋ, ਪਹਿਲਾਂ ਕਾਂਗਰਸੀਆਂ ਮਗਰ ਲੱਗੇ ਫਿਰੀ ਗਏ ਜਿਨ੍ਹਾਂ ਨੇ ਕਾਲ ਤਖ਼ਤ ਢਾਹਤੇ ਸਾਡੇ, ਟੈਂਕ ਤੋਪਾਂ ਦੇ ਨਾਲ ਸ਼ਹੀਦ ਦੀਆਂ ਕਿੰਨੀਆਂ ਪਾਤੀਆਂ, ਸਾਡੇ ਸਿੱਖਾਂ ਦਾ ਕਾਤਲ 84 'ਚ ਕੀ ਕੁਛ ਹੋਇਆ। ਆ ਫਿਰ ਬਾਦਲ ਕਿਆ ਪਿੱਛੇ ਲੱਗ ਗਏ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ, ਤੇ ਅੱਜ ਭਗਵੰਤ ਮਾਨ ਮਗਰ ਲੱਗੇ ਫਿਰਦੇ ਹੋ, ਜਿਨ੍ਹਾਂ ਨੇ ਤੁਹਾਡੇ ਜਵਾਕ ਹੀ ਨਹੀਂ ਛੱਡੇ NSA ਲਾ ਕੇ ਹੋ ਬਿਠਾ ਰੱਖਿਆ ਡਿਬਰੂਗੜ੍ਹ ਦੀਆਂ ਜੇਲ੍ਹਾਂ 'ਚ। ਪਹਿਲਾਂ ਸਿੱਖ ਹੁੰਦੇ ਸੀ, ਪਹਿਲਾਂ ਸਿੱਖ ਵਿਕਦੇ ਨਹੀਂ ਹੁੰਦੇ ਸੀ, ਆਪਣੀ ਕੌਮ ਨਾਲ ਖੜਦੇ ਸੀ। ਅੱਜ ਵਾਲੇ ਸਿੱਖ, ਅੱਜ ਵਾਲੇ ਸਿੱਖਾਂ ਨੂੰ ਇਹ 20 ਲੱਖ ਗ੍ਰਾਂਟ ਦੇ ਦੇਣਾ, 50 ਲੱਖ ਗ੍ਰਾਂਟ ਦੇ ਦੇਣਾ, ਕਿਹੜਾ ਅੰਮ੍ਰਿਤਪਾਲ, ਕਿਹੜੀ ਕੌਮ, ਕਿਹੜੀ NSA, ਇਹ ਨਾਲ ਦੀ ਨਾਲ ਚਮਚੇ ਬਣ ਕੇ ਐ ਲੀਲੜੀਆਂ ਕੱਢਦੇ ਮਗਰ ਫਿਰਦੇ ਆ। ਚਮਚੇ ਬਣੇ ਹੋਏ ਉਹ ਕੌਮ ਨੂੰ ਭੁੱਲ ਗਏ ਹੋਏ, ਕੌਮ ਨੂੰ ਭੁੱਲ ਗਏ ਹੋਏ। ਯਾਦ ਕਰੋ ਸੰਤਾਂ ਦੀਆਂ ਗੱਲਾਂ, ਜਿਨ੍ਹਾਂ ਨੂੰ ਇੰਦਰਾ ਨੇ ਖਰੀਦਣਾ ਚਾਹਿਆ ਮੁੱਖ ਮੰਤਰੀ ਦਾ, ਉਹਦਾ ਤੱਕ ਦੇਤਾ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ, ਤੇ ਠੁੱਡਾ ਮਾਰਤਾ ਸੀ ਅਗਲੇ ਨੇ। ਤੇ ਤੁਸੀਂ ਮਾੜਾ ਜਿਹਾ ਕਿਸੇ MLA ਦਾ ਫੋਨ ਆ ਜੇ, ਮਾੜਾ ਜਿਹਾ ਕੋਈ ਅਹੁਦਾ ਦੇ ਦੇ, ਕੋਈ ਉਹਦੇ ਮਗਰੀ ਲੀਲੜੀਆਂ ਕੱਢਣ ਲੱਗ ਜਾਣੇ। ਓਏ ਕਾਹਦੀ ਤੁਹਾਡੀ ਸਿੱਖੀ ਰਹਿ ਗਈ, ਕਾਹਦੀਆਂ ਤੁਹਾਡੀਆਂ ਅਣਖਾਂ, ਕਾਹਦੀਆਂ ਜੁਰਤਾਂ ਹੋਏ? ਓ ਪੰਜਾਬ ਦੇ ਲੋਕੋ, ਚੰਗੇ ਬੰਦੇ ਦੀ ਪਰਖ ਕਰ ਲਓ, ਚੰਗੇ ਬੰਦੇ ਦੀ। ਇਹ ਨਾ ਪੰਜਾਬ ਲਈ ਚੰਗਾ, ਇਹ ਨਾ ਸਿੱਖ ਕੌਮ ਲਈ ਚੰਗਾ। ਇਹ ਜਿਹੜਾ ਬੈਠਾ ਵਿਧਾਨ ਸਭਾ ਦੇ ਵਿੱਚ ਗੱਪ ਮਾਰ ਰਿਹਾ, ਪ੍ਰਗਟ ਜੀ ਤੁਸੀਂ ਚੱਲੋ ਮੇਰੇ ਨਾਲ, ਉਹ ਜਿਹੜੇ ਤੇਰੇ ਕੋਲ ਆਏ ਉਹਨਾਂ ਨੂੰ ਤਾਂ ਮਿਲ ਲੈ, ਪ੍ਰਗਟ ਸਿੰਘ ਨੂੰ ਤਾਂ ਬਾਅਦ ਚ ਲੈ ਜੀ, ਜਿਹੜੇ ਤੇਰੇ ਕੋਲ ਪੁੱਛਣ ਆਇਆ ਸਵਾਲ ਤੂੰ ਉਹਨਾਂ ਨੂੰ ਤਾਂ ਮਿਲ ਲੈ, ਉਹਨਾਂ ਨੂੰ ਕਿਉਂ ਗ੍ਰਿਫਤਾਰ ਕਰਾਉਣਾ? ਪੰਜਾਬੀ ਉਹ ਲੱਖੇ ਸਿਧਾਣੇ ਦਾ ਸਾਥ ਦੇ ਲਓ, ਇਹ ਪਛਤਾਓਗੇ ਵੇਲੇ ਨੂੰ, ਪਛਤਾਓਗੇ ਵੇਲੇ ਨੂੰ। ਮੈਂ ਇਹ ਨਹੀਂ ਕਿ ਮੈਂ ਲੱਖੇ ਦਾ ਸਾਥੀ ਹਾਂ, ਮੈਂ ਲੱਖੇ ਦੀ ਟੀਮ ਦਾ ਬੰਦਾ। ਓਏ ਪੰਜਾਬ ਝਲਕਦਾ, ਓਏ ਉਹਦੇ ਅੰਦਰ ਦਰਦ ਹੈ, ਉਹ ਬਿਲਕਦਾ ਫਿਰਦਾ, ਉਹ ਤੁਹਾਡੇ ਲਈ, ਤੁਹਾਨੂੰ ਕੈਂਸਰ ਹੋ ਰਹੇ ਨੇ, ਕਾਲੇ ਪੀਲੀਏ ਹੋ ਰਹੇ ਨੇ, ਕਿਹਦੇ ਲਈ ਫਿਰਦਾ ਯਾਰ? ਉਹ ਪੰਜਾਬ ਲਈ ਫਿਰਦਾ, ਬੋਲੀ ਲਈ ਲੜਦਾ ਫਿਰਦਾ, ਵਾਤਾਵਰਨ ਲਈ ਲੜਦਾ ਫਿਰਦਾ। ਅੱਜ ਗ੍ਰਿਫਤਾਰੀ ਹੋ ਗਈ, ਇਹ ਨਹੀਂ ਪਤਾ ਕੀ ਕਰਨ, ਕੀ ਇਲਜ਼ਾਮ ਲਾ ਦੇਣ। ਪਹਿਲਾਂ ਕਿਹੜਾ ਸਾਡੇ ਮੁੰਡੇ ਤਾਂ NSA ਇਹਨਾਂ ਨੇ ਲਾਈ ਨਹੀਂ ਨਾ, ਤੇ ਕੀ ਭਰੋਸਾ ਬਾਈ ਯਾਰ? ਪਹਿਲਾਂ ਵੀ ਤਾਂ NSA ਲਾ ਕੇ ਅੰਦਰ ਡੇਗੀ ਪਏ ਨੇ, ਪਹਿਲਾਂ ਵੀ ਤਾਂ ਸਾਡੇ ਬੰਦੀ ਸਿੰਘ ਕਿੰਨੇ ਨੇ ਅੰਦਰ। ਇਸ ਕਰਕੇ ਪੰਜਾਬ ਵਾਲੇ ਇਕੱਠੇ ਹੋ ਲਿਆ ਕਰੋ ਯਾਰ, ਬੋਲ ਲਿਆ ਕਰੋ ਕਿਸੇ ਦੇ ਹੱਕ 'ਚ, ਜਿਹੜਾ ਬੰਦਾ ਤੁਹਾਡੇ ਹੱਕ 'ਚ ਬੋਲਦਾ, ਜਿਹੜਾ ਬੰਦਾ ਤੁਹਾਡੇ ਲਈ ਪਰਚੇ ਪਵਾਈ ਬੈਠਾ, ਉਹ ਜਿਹੜਾ ਬੰਦਾ ਜੇਲ੍ਹਾਂ ਕੱਟਣ ਲਈ ਤਿਆਰ ਹੈ ਪੰਜਾਬ ਲਈ। ਉਹ ਪੰਜਾਬੀ ਉਹ ਜੇ ਉਹਦੇ ਹੱਕ 'ਚ ਨਾ ਬੋਲੇ ਤਾਂ ਫਿਰ ਬੋਲੋਗੇ ਕਿਹਦੇ ਹੱਕ 'ਚ, ਨਾ ਬੁੱਚੜਾਂ ਦੇ ਹੱਕ 'ਚ? ਉਹ ਜਿਨ੍ਹਾਂ ਨੇ ਤੁਹਾਡੀ ਸਿੱਖੀ ਵੀ ਰੋਲਤੀ, ਜਿਨ੍ਹਾਂ ਨੇ ਤੁਹਾਡੇ ਬੱਚੇ NSA ਲਾ ਕੇ ਡਿਬਰੂਗੜ੍ਹ ਸੁੱਟੇ, ਜਿਨ੍ਹਾਂ ਨੇ ਤੁਹਾਡੇ ਅਕਾਲ ਤਖ਼ਤ ਸਾਹਿਬਾਂ 'ਤੇ ਵੀ ਹਮਲੇ ਕਰਤੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵੀ ਕਰਾਤੀਆਂ, ਉਹ ਇਹਨਾਂ ਮਗਰ ਲੱਗ ਕੇ ਇਹਨਾਂ ਪਿੱਛੇ ਬੋਲੋਗੇ? ਵੋਟਾਂ ਪਵਾ ਲਾ ਇਹਨਾਂ ਪਿੱਛੇ ਲੱਗ ਕੇ ਫਰੀ ਜਾਣਗੇ? ਓਏ ਲੇਲੜੀਆਂ ਕੱਢਣੀਆਂ ਬੰਦ ਕਰ ਦਿਓ, ਓਏ ਪੰਜਾਬੀ ਉਹ ਬੰਦ ਕਰ ਦਿਓ, ਓਏ ਅਣਖਾਂ ਵਾਲੇ ਕੰਮ ਕਰ ਲਓ, ਓਏ ਜੁਰਤਾਂ ਵਾਲੇ ਕੰਮ ਕਰ ਲਓ। ਜੇ ਤੁਹਾਡੀ ਹੋਂਦ ਹੀ ਨਾ ਰਹੀ ਤੇ ਇੱਥੇ ਰਹਿਣਾ ਕੱਖ ਵੀ ਨਹੀਂ, ਜੇ ਹੋਂਦ ਹੀ ਨਾ ਰਹੀ ਇੱਥੇ ਕਰੋਗੇ ਕੀ? ਕੋਈ ਵੱਡੀਆਂ ਕੋਠੀਆਂ ਕਾਰਾਂ ਸਭ ਇੱਥੇ ਰਹਿ ਜਾਣਾ, ਤੁਹਾਨੂੰ ਤਬਾਹ ਕਰਦੇ ਆਉਂਦੇ ਅਗਲੇ। ਦੋ ਅਕਾਲ ਤਖ਼ਤ ਸਾਹਿਬ ਤੇ ਧਰਦਿਆਂ ਤੇ ਕਬਜ਼ਾ ਕਰ ਲਿਆ, ਹਜ਼ੂਰ ਸਾਹਿਬ ਤੇ ਪਟਨਾ ਸਾਹਿਬ, ਤੇ ਹੌਲੀ ਹੌਲੀ ਪੈਰ ਪੰਜਾਬ 'ਚ ਵੀ ਪਾਉਣਗੇ। ਤੇ ਤੁਸੀਂ ਚੁੱਪ ਐਨ ਅੱਖਾਂ ਮੀਚੀ ਉਹ ਬੈਠੇ ਹੋ। ਪੰਜਾਬ ਕਿਹਨੂੰ ਸੰਭਾਲਿਆ? ਜਿਹੜਾ ਸਿੱਖੀ ਦਾ ਦੁਸ਼ਮਣ ਹੈ ਉਹ ਬੰਦੇ ਦੇ ਹੱਥ ਪੰਜਾਬ ਦੇ ਤਾ, ਮੁੰਡੇ ਡਿਬਰੂਗੜ੍ਹ ਨੇ, ਕਸੂਰੇ ਜੇਲ੍ਹਾਂ 'ਚ ਨੇ, ਤੇ ਜਿਹੜੇ ਬੰਦੇ ਬੋਲਦੇ ਆ ਉਹਨਾਂ ਨੂੰ ਨਕੇਲ ਪਾਉਂਦੇ, ਉਹਨਾਂ ਨੂੰ ਗ੍ਰਿਫਤਾਰੀਆਂ ਕਰਦੇ ਆ। ਜਿਹੜੇ ਬੰਦੇ ਪੇਜ 'ਤੇ ਕੋਈ ਗੱਲ ਚੰਗੀ ਰੱਖਦੇ ਪੇਜ ਬੰਦ ਕਰ ਦਿੰਦੇ ਆ, ਜਿਹੜਾ ਚੈਨਲ ਇਹਨਾਂ ਕੋਲੇ ਵਿਕਦਾ ਨਹੀਂ ਉਹਨੂੰ ਬੰਦ ਕਰ ਦਿੰਦੇ ਆ, ਤੇ ਜਿਹੜਾ ਇਹਨਾਂ ਕੋਲੇ ਵਿਕ ਗਿਆ ਉਹਦੀ ਬੱਲੇ ਬੱਲੇ ਆ।
ਇਸ ਕਰਕੇ ਪੰਜਾਬ ਵਾਲੇ ਚੰਗੇ ਬੰਦੇ ਨਾਲ ਖੜਜਾ ਕਰੋ। ਅੱਜ ਲੱਖਾ ਸਵਾਲ ਹੀ ਪੁੱਛਣਗੇ ਅਸੀਂ ਨਾ ਵਿਧਾਨ ਸਭਾ, ਫਿਰ ਕੱਲ ਵਾਲੇ ਡਰਾਮੇ ਆ ਨਾ ਇਹਦਾ ਮਤਲਬ ਤਾਂ। ਫਿਰ ਜਿਹੜਾ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਬੋਲਿਆ ਮੈਂ ਪਿੰਡਾਂ ਜਾਂਦਾ ਰਿਹਾ, ਮੈਨੂੰ ਪਤਾ ਉਹ ਕੈਂਸਰ ਹੈ, ਉਹ ਸਾਰਾ ਕੁਛ ਮੰਨੀ ਜਾਂਦਾ, ਤੇ ਨਾਲੇ ਫਿਰ ਅੱਜ ਸਵਾਲਾਂ ਦੇ ਜਵਾਬਾਂ ਤੋਂ ਕਿਉਂ ਭੱਜਦਾ ਆ? ਫਿਰ ਨਾਲ ਬੰਨ ਮਾਰੀਏ, ਕਿਉਂ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਗ੍ਰਿਫਤਾਰੀਆਂ ਕਰਾਉਣਾ? ਨਾਲ ਆ ਬੰਨ ਮਾਰੀਏ ਜੇ ਪੰਜਾਬ ਬਚਾਉਣਾ, ਪੰਜਾਬ ਭਗਵੰਤ ਸਿੰਘ ਜੇ ਪੰਜਾਬ ਬਚਾਉਣਾ ਦਿਲੋਂ ਹੈ ਪੰਜਾਬ ਨਾਲ, ਪਰ ਦਿਲੋਂ ਤਾਂ ਪਤਾ ਲੱਗ ਹੀ ਗਿਆ ਸਾਨੂੰ ਤਾਂ, ਪਰ ਹਜੇ ਪੰਜਾਬ ਦੇ ਲੋਕ ਜਿਹੜੇ ਤੇਰੇ ਮਗਰ ਲੱਗੇ ਫਿਰਦੇ ਆ ਇਹਨਾਂ ਨੂੰ ਹੌਲੀ ਹੌਲੀ ਲੱਗ ਜੂ ਪਤਾ ਕਿ ਤੂੰ ਸਭ ਤੋਂ ਨਲਾਇਕ ਸਿੱਧ ਹੋਏਗਾ, ਅੱਜ ਤੱਕ ਦਾ ਸਭ ਤੋਂ ਮਾੜਾ ਮੁੱਖ ਮੰਤਰੀ ਹੋਏਗਾ, ਤੂੰ ਬੇਅੰਤੇ ਨੂੰ ਵੀ ਟੱਪੇਗਾ, ਹੱਦਾਂ ਪਾਰ ਕਰੇਗਾ ਬੇਅੰਤੇ ਵਾਲੀਆਂ। ਇਸ ਕਰਕੇ ਪੰਜਾਬੀਓ ਚੰਗੇ ਬੰਦਿਆਂ ਨਾਲ ਖੜਜਿਆ ਕਰੋ, ਇਹ ਬੋਲ ਲਿਆ ਕਰੋ, ਇਹਨਾਂ ਨੂੰ ਦਿਖਾ ਦਿਆ ਕਰੋ ਕਿ ਅਸੀਂ ਹਾਂ ਯਾਰ, ਜਿਹੜਾ ਬੰਦਾ ਸਾਡੇ ਲਈ ਬੋਲ ਰਿਹਾ, ਸਾਡੇ ਪਾਣੀਆਂ ਦੀ ਗੱਲ ਕਰਦਾ, ਸਾਡੀ ਬੋਲੀ ਦੀ ਗੱਲ ਕਰਦਾ, ਅਸੀਂ ਉਹਦੇ ਨਾਲ ਹਾਂ, ਅਸੀਂ ਨਾਲ ਉਹਦੇ ਗ੍ਰਿਫਤਾਰੀਆਂ ਦੇਵਾਂਗੇ, ਜੇਲ੍ਹਾਂ ਭਰਾਂਗੇ। ਲਹਿਰ ਚਲਾਓ ਸੋਸ਼ਲ ਮੀਡੀਆ ਤੇ, ਸੋਸ਼ਲ ਮੀਡੀਆ ਦੀ ਤਾਕਤ ਬਹੁਤ ਵੱਡੀ ਹੈ, ਜਿਹਨੂੰ ਸਹੀ ਵਰਤਿਆ ਜਾਵੇ। ਲੱਖੇ ਸਿਧਾਣੇ ਦੇ ਹੱਕ ਚ ਜਿੰਨਾ ਕੋਈ ਬੋਲ ਸਕਦੇ ਹੋ, ਜਿੰਨਾ ਕੋਈ ਵੀਡੀਓ ਪਾ ਸਕਦਾ, ਜਿਹੜਾ ਕੋਈ ਪੋਸਟ ਪਾ ਸਕਦਾ, ਵੱਧ ਤੋਂ ਵੱਧ ਬਾਈ ਸੋਸ਼ਲ ਮੀਡੀਆ ਤੇ ਲਹਿਰ ਚਲਾਓ, ਤਾਂ ਜੋ ਬਾਈ ਲੱਖਾ ਸਿੰਘ ਸਿਧਾਣਾ ਨੂੰ ਜੋ ਗ੍ਰਿਫਤਾਰ ਕੀਤਾ, ਇਹਨਾਂ ਦਾ ਇਹ ਨਹੀਂ ਪਤਾ ਵੀ ਕਿਹੜਾ ਕੇਸ ਪਾ ਦੇਣ, ਕੀ ਮਰਦਣ, ਕਿਉਂਕਿ ਚਾਹੁੰਦੇ ਆ ਇਹ ਕਿ ਇਕੱਲਾ ਲੱਖਾ ਹੀ ਰਹਿ ਗਿਆ ਬੋਲਣ ਵਾਲਾ, ਬਾਕੀ ਤਾਂ ਇਹਨਾਂ ਨੇ ਚੁੱਪ ਕਰਾ ਲਏ ਵੀ ਲੱਖੇ ਨੂੰ ਵੀ ਅੰਦਰ ਸਿੱਟੀਏ ਤੇ ਇਹ ਮੌਜਾਂ ਕਰਨਗੇ। ਵਿਰੋਧੀ ਧਿਰ ਪਤਾ ਨਹੀਂ ਕੀ ਕਰ ਰਹੀ ਹੈ, ਅੱਜ ਵਿਰੋਧੀ ਧਿਰ ਨੂੰ ਵੀ ਲੱਖੇ ਦਾ ਸਾਥ ਦੇਣਾ ਚਾਹੀਦਾ। ਵਿਰੋਧੀ ਧਿਰ ਦੇ ਨਾਲ ਸਰਕਾਰ ਚੱਲਦੀ ਹੁੰਦੀ ਹੈ, ਜੇ ਵਿਰੋਧੀ ਤਕੜੇ ਹੋਣਗੇ ਤਾਂ ਸਰਕਾਰ ਵਾਲੇ ਅੱਗੇ ਝੁਕਣਗੇ, ਜੇ ਵਿਰੋਧੀ ਨਾਲ ਮਿਲ ਗਏ ਰਾਜੇ ਵੜਿੰਗ ਕਰਕੇ ਤਾਂ ਨਾਲ ਮਿਲੇ ਬੈਠੇ ਆ, ਇੱਕ ਦੋ ਆ ਖਹਿਰੇ ਵਰਗੇ ਪ੍ਰਗਟ ਸਿੰਘ ਵਰਗੇ ਜਿਹੜੇ ਬੋਲਦੇ ਆ, ਬਾਕੀਆਂ ਦੀ ਬੋਲਤੀ ਬੰਦ ਹੈ, ਬਾਕੀਆਂ ਦਾ ਇਹ ਫਾਈਲਾਂ ਖੋਲ ਲੈਂਦਾ ਤੇ ਬੋਲਤੀ ਇਹਨਾਂ ਦੀ ਬੰਦ ਹੋ ਜਾਂਦੀ ਹੈ, ਕਿਉਂਕਿ ਘਪਲੇ ਕੀਤੇ ਹੋਏ ਆ। ਵਿਰੋਧੀ ਧਿਰ ਦਾ ਜਿਹੜਾ ਨੇਤਾ, ਮੈਂ ਉਹਨੂੰ ਕਹਿਣਾ ਚਾਹੁੰਦਾ ਬਾਜਵਾ ਸਾਹਿਬ ਬੋਲੋ, ਵਿਰੋਧੀ ਧਿਰ ਦਾ ਨੇਤਾ ਸਭ ਕੁਛ ਕਰ ਸਕਦਾ ਪਰ ਬੋਲਣਾ ਕਿੱਥੇ ਹੈ? ਨਾਲ ਰਲ ਕੇ ਘੁਲ ਮਿਲੇ ਹੋਏ ਨੇ ਸਾਰੇ, ਇਹ ਕੇਰਾ ਇਹਨਾਂ ਦੀ ਵਾਰੀ, ਕੇਰਾ ਇਹਨਾਂ ਦੀ, ਬਸ ਅਸੀਂ ਚੱਲੂ ਗਿਆ। ਪੰਜਾਬ ਰੱਬ ਦਾ, ਰੱਬ ਰੱਖੇ ਪੰਜਾਬ ਦਾ ਬਾਈ, ਚੰਗੇ ਬੰਦਿਆਂ ਨਾਲ ਪੰਜਾਬੀਆਂ ਨੇ ਖੜਨਾ ਨਹੀਂ ਹੁੰਦਾ, ਇਹਨਾਂ ਨੇ ਜਿਤਾਉਣੇ ਉਹ ਹੁੰਦੇ ਆ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ, ਜਿਨ੍ਹਾਂ ਨੇ NSA ਲਾਈ ਹੈ, ਜਿਨ੍ਹਾਂ ਨੇ ਇਹਨਾਂ ਦੇ ਕਾਲ ਤੱਕ ਸਭ ਢਾਹੇ ਹੈ, ਜਿਨ੍ਹਾਂ ਨੇ ਦਿੱਲੀ 'ਚ 30,000 ਬੰਦਾ ਇੱਕ ਝੱਟ 'ਚ ਮਾਰਤਾ ਹੋਵੇ, ਜਿਨ੍ਹਾਂ ਨੇ ਲਾਸ਼ਾਂ ਵੀ ਨਾ ਲੱਭੀਆਂ ਹੋਣ, ਇਹ ਲੋਕ ਇਹਨਾਂ ਨੇ ਜਿਤਾਉਣੇ ਹੁੰਦੇ ਆ ਪੰਜਾਬੀਆਂ ਨੇ। ਪੰਜਾਬੀ ਉਹ ਮਿਹਣਾ ਇਹ ਤੁਹਾਡੇ ਸਿਰ ਮਿਹਣਾ ਹੋਏ, ਖਡੂਰ ਸਾਹਿਬ ਵਾਲੇ ਚੰਗੇ ਰਹੇ ਯਾਰ, ਫਰੀਦਕੋਟ ਵਾਲੇ ਚੰਗੇ ਰਹੇ, ਜਿਹੜੇ ਆਪਣੇ ਕੌਮ ਦੇ ਮਗਰ ਤਾਂ ਖੜ ਗਏ ਯਾਰ, ਕੌਮ ਦੇ ਬੰਦਿਆਂ ਨੂੰ ਤਾਂ ਜਿਤਾ ਲਿਆ ਯਾਰ, ਪਰ ਅੱਜ ਖੜ ਜਾਓ ਬਾਈ, ਜੇ ਤੁਸੀਂ ਖੜੋਗੇ ਨਾਲ ਖੜੋਗੇ ਲੱਖੇ ਦੇ ਤਾਂ ਲੱਖਾ ਬਚ ਰਹੂ, ਤੁਹਾਨੂੰ ਮੈਂ ਇਹ ਗੱਲ ਦੱਸਤੀ ਨਹੀਂ, ਲੱਖੇ ਤੇ ਇਹੋ ਜਿਹਾ ਕੇਸ ਮੜਨਗੇ ਕਿ ਉਹਨੂੰ ਲੰਬੇ ਸਮੇਂ ਤੱਕ ਜੇਲ੍ਹ 'ਚ ਰੱਖਣਗੇ ਜਿਵੇਂ ਭਾਈ ਸਾਹਿਬ ਨੂੰ ਰੱਖਿਆ ਹੋਇਆ। ਬਚਾਲੋ ਜੇ ਪੰਜਾਬ ਨੂੰ ਬਚਾ ਹੁੰਦਾ ਤੇ ਪੰਜਾਬ ਨੂੰ ਬਚਾਉਣ ਨਾਲ ਖੜ ਜਾਓ, ਜੇ ਖੜ ਹੁੰਦਾ ਨਹੀਂ ਪੰਜਾਬੀ ਉਹ ਤੁਹਾਡੀ ਮਰਜ਼ੀ ਹੈ ਬਾਈ, ਨਹੀਂ ਪੰਜਾਬ ਫਿਰ ਚੱਕੀ 'ਚ ਪਿਸ ਰਿਹਾ ਤੇ ਤੁਹਾਨੂੰ ਅੱਜ ਪਤਾ ਨਹੀਂ ਲੱਗ ਰਿਹਾ ਤੇ ਹੌਲੀ ਹੌਲੀ ਪੰਜਾਬ ਨੇ ਪਿਸ ਜਾਣਾ ਤੇ ਇੱਥੇ ਨਾਮੋ ਨਿਸ਼ਾਨ ਵੀ ਰਹਿਣਾ। ਇਹ ਗੱਲ ਯਾਦ ਰੱਖਿਓ, ਲੜਾਈ ਤੁਹਾਡੇ ਬੱਚਿਆਂ ਦੀ ਹੈ, ਲੜਾਈ ਤੁਹਾਡੀ ਹੈ, ਲੜਾਈ ਤੁਹਾਡੇ ਭਵਿੱਖ ਦੀ ਹੈ, ਲੜਾਈ ਧਰਤੀ ਦੀ ਹੈ, ਲੜਾਈ ਹੋ ਰਹੇ ਕੈਂਸਰ ਦੀ ਹੈ, ਲੜਾਈ ਹੋ ਰਹੇ ਕਾਲੇ ਪੀਲੀਆਂ ਦੀ ਹੈ। ਲੱਖਾ ਲੜ ਰਿਹਾ, ਅਗਵਾਈ ਕਰ ਰਿਹਾ, ਆਪਾਂ ਮਗਰ ਤਾਂ ਚੱਲ ਹੀ ਸਕਦੇ ਹਾਂ, ਜਾਂ ਜਿਹਨੇ ਅਗਵਾਈ ਕਰਨੀ ਅੱਗੇ ਲੱਗੋ, ਅਸੀਂ ਮਗਰ ਚੱਲ ਪਣੇ ਯਾਰ, ਪਰ ਇਕੱਠੇ ਤਾਂ ਹੋ ਜਾਓ ਪੰਜਾਬ ਹਤੈਸੀ ਜਿੰਨੇ ਹੈਗੇ ਆ, ਜੇ ਪੰਜਾਬ ਨੂੰ ਬਚਾਉਣ ਵਾਲੇ ਬੋਲਣਗੇ ਤਾਂ ਪੰਜਾਬ ਬਚੂਗਾ, ਨਹੀਂ ਇਹਨਾਂ ਬੁੱਚਣਾ ਨੇ ਖਾ ਜਾਣਾ। ਇਹ 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 ਗੱਲ ਤੈਅ ਹੈ, ਇਹ ਤੁਸੀਂ ਦੇਖ ਲਿਓ। ਬੇਨਤੀਆਂ ਸੀ, ਇਹਨੂੰ ਪ੍ਰਵਾਨ ਕਰਿਓ,
ਤੇ ਸ਼ੇਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।